ਤਾਸੁਰਾਤੀ ਤਨਕੀਦ ਤਾਸੁਰਾਤੀ ਤਨਕੀਦ ਕਿਸੇ ਦਾ ਪਾਰੇ ਦੇ ਮੁਤਾਲੇ ਨਾਲ ਜਿਹੜੇ ਤਾਸੁਰਾਤ ਇੱਕ ਨਕਾਤ ਦੇ ਜ਼ਹਿਨ ਉੱਤੇ ਮਤਵ ਹੁੰਦੇ ਨੇ ਉਹਨਾਂ ਤਾਸਰਾਂ ਨੂੰ ਸੁੱਚੇ ਢੰਗ ਨਾਲ ਬਿਆਨ ਕਰਨਾ ਤਾਸੁਰਾਤੀ ਤਨਕੀਦ ਅਖਵਾਉਂਦਾ ਹੈ। ਔਰ ਇਹੋ ਜਿਹੇ ਤਾਸੁਰ ਆਪੋ ਇੱਕ ਅਦਬ ਪਾਰਾ ਬਣ ਜਾਂਦੇ ਨੇ। ਇਸ ਲਈ ਤਾਸੁਰਾਤੀ ਤਨਕੀਦ ਨੂੰ ਦੂਜੇ ਲਫਜ਼ਾਂ ਵਿੱਚ ਤਖਲੀਕੀ ਤਨਕੀਦ ਵੀ ਆਖਿਆ ਜਾਂਦਾ ਹੈ। ਬਹੁਤ ਸਾਰੇ ਨਕਾਤ ਜਿਹੜੇ ਨੇ ਉਹਨਾਂ ਨੇ ਤਾਸੁਰਾਤੀ ਤਨਕੀਦ ਨੂੰ ਪਸੰਦ ਨਹੀਂ ਕੀਤਾ, ਉਹਨਾਂ ਨੇ ਇਹਦੀ ਪੂਜ ਕੇ ਮੁਖਾਲਫਤ ਕੀਤੀ ਹੈ। ਉਹਨਾਂ ਦਾ ਆਖਣਾ ਕਿ ਸਿਰਫ ਅਦਬ ਪਾਰੇ ਵਿੱਚ ਤਾਸੁਰ ਅਖਜ਼ ਕਰਨਾ ਅਦਬ ਨਾਲ ਇਨਸਾਫ ਨਹੀਂ ਹੈ, ਇਹ ਅਮਲ ਕਿਸੇ ਤਨਕੀਦੀ ਅਸੂਲ ਅਤੇ ਜ਼ਾਬਤੇ ਨਾਲ ਨਹੀਂ ਹੁੰਦਾ। ਇਸ ਲਈ ਇੱਕੋ ਅਦਬ ਪਾਰੇ ਦੀਆਂ ਮੁਖਲਿਫ ਨਕਾਦਾਂ ਦੇ ਮੁਖਲਿਫ ਤਾਸੁਰਾਤ ਹੋ ਸਕਦੇ ਨੇ, ਜਿਹਦੇ ਪਰ ਤਨਕੀਦੀ ਫੈਸਲੇ ਵਿੱਚ ਵੀ ਇਖਤਲਾਫ ਦੀ ਗੁੰਜਾਇਸ਼ ਮੌਜੂਦ ਹੈ। ਤਾਸੁਰਾਤੀ ਤਨਕੀਦ ਵਿੱਚ ਇਹੋ ਘਾਟ ਹੈ ਵੀ ਇਹਦਾ ਮਰਕਜ਼ ਨਕਾਦ ਦੀ ਸ਼ਖਸੀਅਤ ਹੁੰਦੀ ਹੈ, ਫਨੀ ਕਾਰਨਾਮਾ ਨਹੀਂ। ਇਹਦੇ ਵਿੱਚ ਤਾਸੁਰਾਤ ਦਾ ਧੁੰਦ ਲੱਗਾ ਪਿਆ ਹੈ ਪਰ ਸਮਝ ਦੀ ਰੋਸ਼ਨੀ ਨਹੀਂ ਹੁੰਦੀ, ਜਜ਼ਬਾਤ ਦਾ ਫੌਰੀ ਉਭਾਰ ਹੁੰਦਾ ਹੈ, ਜ਼ਹਿਨੀ ਤਵਾਜਨ ਨਹੀਂ, ਜ਼ਬਤ ਨਹੀਂ ਹੁੰਦਾ ਅਤੇ ਨਾ ਹੀ ਇਹਤਿਆਤ ਹੁੰਦੀ ਹੈ। ਇਹਦੇ ਵਿੱਚ ਇਸਤਰਾਰੀ ਹਾਲਤ ਹੁੰਦੀ ਹੈ ਅਤੇ ਬਾਕੀ ਰਹਿਣ ਵਾਲਾ ਹੁਸਨ ਅਤੇ ਸਦਾਕਤ ਨਹੀਂ ਹੁੰਦੀ। ਇਸ ਲਈ ਤਾਸੁਰਾਤੀ ਤਨਕੀਦ ਨੂੰ ਵੀ ਬਹੁਤ ਸਾਰੇ ਨਕਾਦਾਂ ਨੇ ਨਾ ਪਸੰਦ ਕੀਤਾ ਹੈ, ਕਿਉਂਕਿ ਉਹ ਆਖਦੇ ਨੇ ਕਿ ਇਹਦੇ ਨਾਲ ਇੱਕਦਮ ਜਿਹੜਾ ਤਾਸੁਰ ਹੈ ਅਖਜ਼ ਹੁੰਦਾ ਹੈ, ਉਹਦੇ ਨਾਲ ਅਸੀਂ ਕਿਸੇ ਅਦਬ ਪਾਰੇ ਨਾਲ ਬਾਕਾਇਦਾ ਤੌਰ 'ਤੇ ਇਨਸਾਫ ਨਹੀਂ ਕਰ ਸਕਦੇ, ਜਾਨਿਦਾਰ ਨਹੀਂ ਰਹਿ ਸਕਦੇ, ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਇੱਕ ਸੋਚ ਹੈ, ਉਹਦਾ ਆਪਣਾ ਆਪਣਾ ਇੱਕ ਨਜ਼ਰੀਆ ਹੈ।